ਸਤਿ ਸ਼੍ਰੀ ਅਕਾਲ ਜੀ। ਸਾਡੀ ਖਾਸ ਰਿਪੋਰਟ ਦੇ ਵਿੱਚ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਪੱਟੀ ਬਾਹ ਮਾਚਰਾ। ਭਾਰਤ ਪਾਕਿਸਤਾਨ ਨੂੰ ਜੋੜਦਾ ਸੂਬਾ ਪੰਜਾਬ, ਜਿੱਥੇ ਅਨੇਕਾਂ ਅਜਿਹੇ ਮੁੱਦੇ ਨੇ ਜਿਨ੍ਹਾਂ ਨੂੰ ਹੱਲ ਕਰਨ ਦੀ ਬਜਾਏ ਸਿਰਫ ਸਿਆਸਤ ਲਈ ਵਰਤਿਆ ਜਾਂਦਾ ਹੈ। ਪਰ ਪੰਜਾਬ 'ਚ ਨਵੀਂ ਬਣੀ ਸਰਕਾਰ, ਨਵੀਆਂ ਉਮੀਦਾਂ ਨਾਲ ਬਣੀ ਸਰਕਾਰ ਮੁੱਦਿਆਂ ਨੂੰ ਹੱਲ ਕਰਨ ਦੀਆਂ ਗੱਲਾਂ ਤਾਂ ਕਰਦੀ ਰਹੀ, ਪਰ ਹੁਣ ਸਰਕਾਰ ਉਹਨਾਂ ਹੀ ਮੁੱਦਿਆਂ ਨੂੰ ਲੈ ਕੇ ਸੂਬੇ ਦੇ ਰਾਜਪਾਲ ਨਾਲ ਉਲਝਦੀ ਹੋਈ ਨਜ਼ਰ ਆ ਰਹੀ ਹੈ। ਸਮੇਂ ਸਮੇਂ 'ਤੇ ਸੂਬੇ 'ਚ ਸੂਬਾ ਸਰਕਾਰ ਬਨਾਮ ਸੂਬਾ ਰਾਜਪਾਲ ਦੇਖਣ ਨੂੰ ਮਿਲਦਾ ਆ ਰਿਹਾ। ਅਜਿਹੇ 'ਚ ਸਥਿਤੀ ਇਹ ਬਣਦੀ ਹੈ ਕਿ ਪੰਜਾਬ 'ਚ ਸੰਵਿਧਾਨਿਕ ਸੰਕਟ ਬਣਦਾ ਨਜ਼ਰ ਆ ਰਿਹਾ। ਗੱਲ ਕਰਦੇ ਹਾਂ ਪੰਜਾਬ 'ਚ ਨਵੀਂ ਬਣੀ ਸਰਕਾਰ, ਕਦੇ ਸਰਕਾਰ ਬਨਾਮ ਪ੍ਰਸ਼ਾਸਨ, ਕਦੇ ਸਰਕਾਰ ਬਨਾਮ ਵਿਰੋਧੀ, ਕਦੇ ਸੂਬਾ ਸਰਕਾਰ ਬਨਾਮ ਕੇਂਦਰ, ਅਤੇ ਇਹਨਾਂ 10 ਮਹੀਨਿਆਂ 'ਚ ਸਮੇਂ ਸਮੇਂ 'ਤੇ ਮੁੱਖ ਮੰਤਰੀ ਮਾਨ ਬਨਾਮ ਸੂਬਾ ਰਾਜਪਾਲ ਬਣਦੇ ਆ ਰਹੇ ਨੇ। ਮਾਮਲਾ ਭਾਵੇਂ ਨਿਯੁਕਤੀਆਂ ਦੀ ਫਾਈਲਾਂ ਦਾ ਹੋਵੇ, ਯੂਨੀਵਰਸਿਟੀ ਦੇ ਲਾਏ ਚਾਂਸਲਰਾਂ ਦਾ ਹੋਵੇ, ਜਾਂ ਫਿਰ ਬੀਤੇ ਦਿਨੀ ਰਾਜਪਾਲ ਪੁਰੋਹਿਤ ਵੱਲੋਂ ਭੇਜੀ ਚਿੱਠੀ ਅਤੇ ਸੀਐਮ ਮਾਨ ਦਾ ਪੇਂਡੂ ਮਤ ਸਿੱਧਾ ਜਵਾਬ, ਇੱਕ ਵਾਰ ਫਿਰ ਸੂਬੇ 'ਚ ਰਾਜਪਾਲ ਬਨਾਮ ਮੁੱਖ ਮੰਤਰੀ ਬਣ ਚੁੱਕਿਆ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਆਮ ਆਦਮੀ ਪਾਰਟੀ ਵੱਲੋਂ ਦੇਸ਼ 'ਚ ਸੱਤਾ ਅਤੇ ਸਿਆਸਤ ਨੂੰ ਬਦਲਣ ਦੀਆਂ ਗੱਲਾਂ ਅਤੇ ਦਾਅਵੇ ਕਰਦੀ ਹੈ, ਜਿਨ੍ਹਾਂ ਦਾਅਵਿਆਂ ਦੇ ਚੱਲਦੇ ਪਹਿਲਾਂ ਦਿੱਲੀ ਅਤੇ ਫਿਰ ਪੰਜਾਬ ਵਾਸੀਆਂ ਨੇ ਵੱਡੇ ਫੇਰਬਦਲ ਨਾਲ ਦੋਵਾਂ ਸੂਬਿਆਂ 'ਚ ਆਮ ਆਦਮੀ ਪਾਰਟੀ ਸਰਕਾਰ ਬਣਾਈ। ਦਿੱਲੀ 'ਚ ਪਹਿਲਾਂ ਅਤੇ ਪੰਜਾਬ 'ਚ ਬਾਅਦ 'ਚ ਬਣੀ ਸਰਕਾਰ ਨੇ ਦਿੱਲੀ ਦੀਆਂ ਨੀਤੀਆਂ ਨੂੰ ਅਪਣਾਇਆ ਹੈ। ਅਕਸਰ ਜਿਵੇਂ ਦਿੱਲੀ 'ਚ ਦਿੱਲੀ ਸਰਕਾਰ ਬਨਾਮ ਐਲਜੀ ਦੇਖਣ ਨੂੰ ਮਿਲਦਾ ਰਿਹਾ ਹੈ, ਉਸੇ ਤਰ੍ਹਾਂ ਪੰਜਾਬ 'ਚ ਵੀ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਵੀ ਰਾਜਪਾਲ ਬਨਾਮ ਸੂਬਾ ਸਰਕਾਰ ਬਣਦਾ ਰਿਹਾ। ਗੱਲ ਦੀ ਸ਼ੁਰੂਆਤ ਸ਼ੁਰੂ ਤੋਂ ਕਰਦੇ ਹਾਂ। ਮਾਰਚ 'ਚ ਪੰਜਾਬ 'ਚ ਸੱਤਾ ਪਰਿਵਰਤਨ ਕਰਕੇ ਸੂਬੇ 'ਚ ਨਵੀਂ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ। ਨਵੀਂ ਬਣੀ ਸਰਕਾਰ ਵੱਲੋਂ ਇੱਕ ਫੈਸਲਾ ਲਿਆ ਜਾਂਦਾ ਹੈ ਕਿ ਸੂਬੇ 'ਚ ਇੱਕ ਵਿਧਾਇਕ ਇੱਕ ਪੈਨਸ਼ਨ ਕਾਨੂੰਨ ਬਣਾਇਆ ਜਾਵੇਗਾ। ਇਸ ਨਾਲ ਹਰ ਵਿਧਾਇਕ ਨੂੰ ਇੱਕ ਹੀ ਪੈਨਸ਼ਨ ਹੀ ਮਿਲੇਗੀ, ਭਾਵੇਂ ਕੋਈ ਪਹਿਲੀ ਵਾਰ ਵਿਧਾਇਕ ਬਣਿਆ ਹੋਵੇ ਜਾਂ ਫਿਰ 6ਵੀਂ ਵਾਰ। ਮਈ ਦੇ ਵਿੱਚ ਇਹ ਫੈਸਲਾ ਲਿਆ ਜਾਂਦਾ ਹੈ, ਜਿਸ ਦੇ ਵਿੱਚ 19.53 ਕਰੋੜ ਰੁਪਏ ਦੀ ਸਾਲਾਨਾ ਬੱਚਤ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਪਰ ਇਸ ਫੈਸਲੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਜਲਦ ਹੀ ਝਟਕਾ ਲੱਗਦਾ ਹੈ, ਕਿਉਂਕਿ ਰਾਜਪਾਲ ਪੁਰੋਹਿਤ ਵੱਲੋਂ ਇੱਕ ਵਿਧਾਇਕ ਇੱਕ ਪੈਨਸ਼ਨ ਆਰਡੀਨੇਸ਼ਨ ਵਾਪਸ ਕਰ ਦਿੱਤਾ ਜਾਂਦਾ ਹੈ। ਇਹ ਕਹਿ ਕੇ ਮਾਣਯੋਗ ਸਰਕਾਰ ਨੂੰ ਕਿ ਇਸ ਸੰਬੰਧੀ ਬਿੱਲ ਪੰਜਾਬ ਵਿਧਾਨ ਸਭਾ 'ਚ ਪਾਸ ਕਰਕੇ ਫਿਰ ਇੱਕ ਵਿਧਾਇਕ ਇੱਕ ਪੈਨਸ਼ਨ ਆਰਡੀਨੇਸ਼ਨ ਭੇਜਣ। ਇਸ ਮਾਮਲੇ ਦੇ ਨਾਲ ਕਿਤੇ ਨਾ ਕਿਤੇ ਸੂਬੇ 'ਚ ਰਾਜਪਾਲ ਬਨਾਮ ਮੁੱਖ ਮੰਤਰੀ ਪੰਜਾਬ ਬਣਨ ਦੀ ਸ਼ੁਰੂਆਤ ਹੁੰਦੀ ਹੈ। ਹਾਲ ਹੀ 'ਚ ਇਸ ਸੰਬੰਧੀ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਕਾਂਗੂਣਾ ਦੇ ਵੀ ਕਹਿੰਦੇ ਆ ਕਿ ਇਹ ਆਰਡੀਨੈਂਸ ਨੂੰ ਰੱਦ ਨਹੀਂ ਕੀਤਾ ਗਿਆ, ਇਸ ਦੀ ਮਿਆਦ 6 ਮਹੀਨੇ ਆ। ਇਸ ਦੇ ਲਈ ਰਾਜਪਾਲ ਨੇ ਇਸਦਾ ਬਿੱਲ ਪਾਸ ਕਰਕੇ ਭੇਜਣ ਲਈ ਕਿਹਾ, ਜੋ ਕਿ ਅਗਲੇ ਸੈਸ਼ਨ ਯਾਨੀ ਕਿ ਜੂਨ ਦੇ ਵਿੱਚ ਪਾਸ ਕਰਕੇ ਰਾਜਪਾਲ ਨੂੰ ਭੇਜ ਦਿੱਤਾ ਜਾਵੇਗਾ। ਇਸ ਤੋਂ ਬਾਅਦ ਗੱਲ ਕਰਦੇ ਹਾਂ ਅਗਸਤ ਮਹੀਨੇ 'ਚ ਹੋਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ VC ਦੀ ਨਿਯੁਕਤੀ ਨੂੰ ਲੈ ਕੇ, ਜਿਸ ਨੂੰ ਲੈ ਕੇ ਕਾਫੀ ਸਮਾਂ ਰੇੜਕਾ ਚੱਲਦਾ ਨਜ਼ਰ ਆਇਆ। ਦਰਅਸਲ ਪੰਜਾਬ ਦੇ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ VC ਦੀ ਨਿਯੁਕਤੀ ਪਿਛਲੇ 11 ਮਹੀਨਿਆਂ ਤੋਂ ਨਹੀਂ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ VC ਡਾਕਟਰ GS ਵਾਂਡਰ ਦੀ ਨਿਯੁਕਤੀ ਨੂੰ ਵੀ ਰਾਜਪਾਲ ਨੇ ਮਨਜ਼ੂਰੀ ਹੀ ਨਹੀਂ ਦਿੱਤੀ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰਾਜਪਾਲ ਨੂੰ ਫਾਈਲ ਭੇਜਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਟਵੀਟ ਕਰਕੇ VC ਦੀ ਨਿਯੁਕਤੀ ਦੀ ਜਾਣਕਾਰੀ ਸਾਂਝੀ ਕੀਤੀ ਗਈ, ਜਦੋਂ ਕਿ ਅਹੁਦਾ ਸੰਵਿਧਾਨਕ ਹੈ ਅਤੇ ਬੋਰਡ 1 ਤੋਂ ਵੱਧ ਨਾਮਾਂ ਦਾ ਪੈਨਲ ਬਣਾਉਣ ਤੋਂ ਪਹਿਲਾਂ ਚਰਚਾ ਕਰਦਾ ਹੈ। ਫਿਰ ਬਾਅਦ ਦੇ ਵਿੱਚ ਪੰਜਾਬ ਸਰਕਾਰ ਇਸ ਨੂੰ ਰਾਜਪਾਲ ਕੋਲ ਸਿਫਾਰਿਸ਼ ਕਰਨ ਤੋਂ ਬਾਅਦ ਹੀ ਭੇਜਦੀ ਹੈ, ਜਿਸ ਨੂੰ ਰਾਜਪਾਲ ਵੱਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ। ਪਰ ਆਮ ਆਦਮੀ ਪਾਰਟੀ ਵੱਲੋਂ ਨਿਯੁਕਤੀ ਹੋਣ ਅਤੇ ਫਾਈਲ ਭੇਜਣ ਤੋਂ ਪਹਿਲਾਂ ਹੀ VC ਦੀ ਨਿਯੁਕਤੀ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕਰ ਦਿੱਤੀ ਗਈ। ਇਹਨਾਂ ਮਾਮਲਿਆਂ ਦੇ ਲਗਾਤਾਰ ਤੂਲ ਫੜਦੇ ਹੋਏ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪਿਛਲੇ ਦਿਨ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਪੰਜਾਬ ਸਰਕਾਰ ਨੂੰ ਆਪਣੇ ਅਤੇ ਆਪਣੇ ਅਧਿਕਾਰਾਂ ਅਤੇ ਸੰਵਿਧਾਨਿਕ ਸ਼ਕਤੀਆਂ ਬਾਰੇ ਦੱਸਿਆ ਸੀ। ਰਾਜਪਾਲ ਨੇ ਕਿਹਾ ਸੀ ਕਿ ਰਾਜ ਸਰਕਾਰ ਯੂਨੀਵਰਸਿਟੀ ਦੇ ਮਾਮਲਿਆਂ 'ਚ ਦਖਲ ਨਹੀਂ ਦੇ ਸਕਦੀ। ਇਸ ਮਾਮਲੇ 'ਚ ਮੁੱਖ ਮੰਤਰੀ ਵੱਲੋਂ ਲਿਖੇ 2 ਪੱਤਰ ਵੀ ਕਾਫੀ ਚਰਚਾ 'ਚ ਰਹੇ ਸਨ, ਜਿਨ੍ਹਾਂ 'ਚ ਇੱਕ ਪੱਤਰ ਮਾਮਲਿਆਂ ਸੰਬੰਧੀ ਰਾਜਪਾਲ ਨੂੰ ਅੰਗਰੇਜ਼ੀ ਭਾਸ਼ਾ ਅਤੇ ਦੂਜਾ ਪੱਤਰ ਪੰਜਾਬੀ ਭਾਸ਼ਾ 'ਚ ਸੋਸ਼ਲ ਮੀਡੀਆ 'ਤੇ ਵੀ ਪੋਸਟ ਕੀਤਾ ਗਿਆ ਸੀ ਅਤੇ ਰਾਜਪਾਲ ਉਹਨਾਂ ਨੂੰ ਵੀ ਭੇਜਿਆ ਗਿਆ ਸੀ। VC ਨਿਯੁਕਤੀ ਮਾਮਲੇ ਤੋਂ ਤੁਰੰਤ ਬਾਅਦ ਯਾਨੀ ਕਿ ਸਤੰਬਰ ਮਹੀਨੇ 'ਚ ਹੀ ਇੱਕ ਵਾਰ ਫਿਰ ਸੂਬੇ 'ਚ ਰਾਜਪਾਲ ਬਨਾਮ ਮੁੱਖ ਮੰਤਰੀ ਮਾਨ ਦੇਖਣ ਨੂੰ ਮਿਲਿਆ। ਕਾਰਨ ਬਣਿਆ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ। ਦਰਅਸਲ ਦਿੱਲੀ 'ਚ ਆਮ ਆਦਮੀ ਪਾਰਟੀ ਵੱਲੋਂ ਭਾਜਪਾ 'ਤੇ ਆਪਰੇਸ਼ਨ ਲੋਟਸ ਚਲਾਉਣ ਦੇ ਇਲਜ਼ਾਮਾਂ ਤੋਂ ਬਾਅਦ ਪੰਜਾਬ 'ਚ ਵੀ ਆਪ ਪੰਜਾਬ ਵੱਲੋਂ ਅਜਿਹੇ ਇਲਜ਼ਾਮ ਲਗਾਉਣ ਦੀਆਂ ਖਬਰਾਂ ਸਾਹਮਣੇ ਆਈਆਂ, ਜਿਸ ਨੂੰ ਲੈ ਕੇ ਵਿਧਾਨ ਸਭਾ 'ਚ ਪੰਜਾਬ ਸਰਕਾਰ 'ਤੇ ਵੱਲੋਂ ਆਪਣਾ ਬਹੁਮਤ ਸਾਬਤ ਕਰਨ ਲਈ ਪੰਜਾਬ ਰਾਜਪਾਲ ਤੋਂ 22 ਸਤੰਬਰ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਮਨਜ਼ੂਰੀ ਮੰਗੀ ਗਈ, ਜਿਸ ਦੇ ਵਿੱਚ ਪਹਿਲਾਂ ਰਾਜਪਾਲ ਦੁਆਰਾ ਮਨਜ਼ੂਰੀ ਦਿੱਤੀ ਜਾਂਦੀ ਹੈ, ਫਿਰ ਵਿਰੋਧੀ ਧਿਰਾਂ ਦੇ ਵਿਧਾਇਕਾਂ ਨੇ ਵਿਰੋਧ ਕੀਤਾ ਤਾਂ ਰਾਜਪਾਲ ਨੇ ਕਾਨੂੰਨੀ ਰਾਏ ਲੈ ਕੇ ਇਸ ਨੂੰ ਰੱਦ ਕਰ ਦਿੱਤਾ, ਜਿਸ ਨੂੰ ਲੈ ਕੇ ਸੂਬੇ 'ਚ ਰਾਜਪਾਲ ਬਨਾਮ ਸੂਬਾ ਸਰਕਾਰ ਵਿਵਾਦ ਕਾਫ ਦੇਖਣ ਨੂੰ ਮਿਲਿਆ। ਇਸ ਤੋਂ ਬਾਅਦ ਸੂਬਾ ਸਰਕਾਰ ਦੇ ਵੱਲੋਂ ਮੁੜ 27 ਸਤੰਬਰ ਨੂੰ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਜਾਂਦੀ ਹੈ, ਜਿਸ 'ਤੇ ਬਨਵਾਰੀ ਲਾਲ ਪੁਰੋਹਿਤ ਵੱਲੋਂ ਸੈਸ਼ਨ ਬੁਲਾਏ ਜਾਣ ਦਾ ਏਜੰਡਾ ਪੁੱਛਿਆ ਗਿਆ, ਜਿਸ 'ਤੇ CM ਭਗਵੰਤ ਮਾਨ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਵਿਧਾਨ ਸਭਾ ਦੇ ਕਿਸੇ ਵੀ ਸੈਸ਼ਨ ਤੋਂ ਪਹਿਲਾਂ ਰਾਜਪਾਲ ਜਾਂ ਪ੍ਰਧਾਨ ਦੀ ਸਹਿਮਤੀ ਇੱਕ ਰਸਮਤੀ ਹੁੰਦੀ ਹੈ। 75 ਸਾਲਾਂ ਵਿੱਚ ਕਿਸੇ ਵੀ ਰਾਸ਼ਟਰਪਤੀ ਜਾਂ ਰਾਜਪਾਲ ਨੇ ਸੈਸ਼ਨ ਬੁਲਾਉਣ ਤੋਂ ਪਹਿਲਾਂ ਕਦੇ ਵੀ ਵਿਧਾਨਕ ਕਾਰਜਾਂ ਦੀ ਸੂਚੀ ਨਹੀਂ ਮੰਗੀ।
ਵਿਧਾਨਕ ਕੰਮਾਂ ਦਾ ਫੈਸਲਾ ਵਪਾਰ ਸਲਾਹਕਾਰ ਕਮੇਟੀ ਅਤੇ ਸਪੀਕਰ ਦੁਆਰਾ ਕੀਤਾ ਜਾਂਦਾ ਹੈ। ਜਿਸ ਤੇ ਪੰਜਾਬ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਵਿਧਾਨ ਦਾ ਪਾਠ ਪੜਾਇਆ, ਜਿਸ ਦੇ ਵਿੱਚ ਉਹਨਾਂ ਦੱਸਿਆ ਹੈ ਕਿ ਰਾਜਪਾਲ ਅਤੇ ਸੀਐਮ ਦਾ ਕੰਮ ਕੀ ਹੈ, ਵਿਸ਼ੇਸ਼ ਸੈਸ਼ਨ ਕਿਉਂ ਰੱਦ ਕੀਤਾ ਗਿਆ, ਸੰਵਿਧਾਨ ਅਨੁਸਾਰ ਸੈਸ਼ਨ ਬੁਲਾਉਣ ਦੀ ਸਹੀ ਪ੍ਰਕਿਰਿਆ ਕੀ ਹੈ। ਰਾਜਪਾਲ ਨੇ ਸੀਐਮ ਮਾਨ ਨੂੰ ਕਿਹਾ ਕਿ ਮੀਡੀਆ ਵਿੱਚ ਉਹਨਾਂ ਦਾ ਬਿਆਨ ਪੜ੍ਹ ਕੇ ਉਹਨੂੰ ਲੱਗਾ ਹੈ ਕਿ ਸ਼ਾਇਦ ਉਹ ਮੇਰੇ ਨਾਲ ਬਹੁਤ ਨਾਰਾਜ਼ ਨੇ, ਲੱਗਦਾ ਹੈ ਕਿ ਸੀਐਮ ਮਾਨ ਦੇ ਕਾਨੂੰਨੀ ਸਲਾਹਕਾਰ ਉਹਨਾਂ ਨੂੰ ਲੋੜੀਂਦੀ ਜਾਣਕਾਰੀ ਨਹੀਂ ਦੇ ਰਹੇ। ਇਸੇ ਲਈ ਸੰਵਿਧਾਨ ਦੀ ਧਾਰਾ 167 168 ਦੀਆਂ ਧਾਰਾਵਾਂ ਪੜ੍ਹਨ ਲਈ ਭੇਜਿਆ ਗਿਆ। ਇਸ ਨੂੰ ਪੜ੍ਹ ਕੇ ਮੁੱਖ ਮੰਤਰੀ ਮਾਨ ਦੀ ਉਸ ਬਾਰੇ ਰਾਏ ਜ਼ਰੂਰ ਬਦਲ ਸਕਦੀ ਹੈ। ਧਾਰਾ 167 ਅਨੁਸਾਰ ਰਾਜਪਾਲ ਆਦਿ ਨੂੰ ਸੂਚਨ ਦੇਣ ਸੰਬੰਧੀ ਮੁੱਖ ਮੰਤਰੀ ਦੇ ਕਰਤੱਵ। ਹਰੇਕ ਰਾਜ ਦੇ ਮੁੱਖ ਮੰਤਰੀ ਦਾ ਇਹ ਫਰਜ਼ ਹੋਵੇਗਾ ਕਿ ਉਹ ਰਾਜ ਦੇ ਰਾਜਪਾਲ ਨੂੰ ਪ੍ਰਸ਼ਾਸਨ ਨਾਲ ਸੰਬੰਧਿਤ ਮੰਤਰੀ ਪ੍ਰੀਸ਼ਦ ਦੇ ਸਾਰੇ ਫੈਸਲਿਆਂ ਅਤੇ ਰਾਜ ਦੇ ਮਾਮਲਿਆਂ 'ਚ ਕਾਨੂੰਨ ਬਣਾਉਣ ਦੇ ਪ੍ਰਸਤਾਵਾਂ ਬਾਰੇ ਜਾਣਕਾਰੀ ਦੇਵੇ। ਰਾਜ ਦੇ ਮਾਮਲਿਆਂ ਨਾਲ ਸੰਬੰਧਿਤ ਪ੍ਰਸ਼ਾਸਕੀ ਅਤੇ ਵਿਧਾਨਕ ਤਜਵੀਜ਼ਾਂ ਨਾਲ ਸੰਬੰਧਿਤ ਅਜਿਹੀ ਜਾਣਕਾਰੀ ਪ੍ਰਦਾਨ ਕਰਨ ਲਈ ਜਿਵੇਂ ਕਿ ਰਾਜਪਾਲ ਮੰਗ ਕਰ ਸਕਦਾ ਹੈ, ਅਤੇ ਜੇਕਰ ਰਾਜਪਾਲ ਚਾਹੇ ਤਾਂ ਕਿਸੇ ਵੀ ਮਾਮਲੇ ਨੂੰ ਮੰਤਰੀ ਮੰਡਲ ਦੇ ਵਿਚਾਰ ਲਈ ਪੇਸ਼ ਕਰਨ ਲਈ ਜਿਸ 'ਤੇ ਫੈਸਲਾ ਲਿਆ ਗਿਆ ਹੋਵੇ। ਇੱਕ ਮੰਤਰੀ ਦੁਆਰਾ ਪਰ ਮੰਤਰੀ ਮੰਡਲ ਦੁਆਰਾ ਵਿਚਾਰਿਆ ਨਹੀਂ ਗਿਆ ਹੈ। ਧਾਰਾ 168 ਅਨੁਸਾਰ ਰਾਜਪਾਲ ਦੀ ਅਗਵਾਈ ਦੇ ਵਿੱਚ ਹਰ ਰਾਜ ਵਿੱਚ ਇੱਕ ਵਿਧਾਨ ਸਭਾ ਦਾ ਗਠਨ ਕੀਤਾ ਜਾਵੇਗਾ। ਕੁਝ ਰਾਜਾਂ ਵਿੱਚ 2 ਸਦਨੀ ਵਿਧਾਨ ਸਭਾਵਾਂ ਹੁੰਦੀਆਂ ਨੇ ਅਤੇ ਕੁਝ ਵਿੱਚ 1 ਸਦਨੀ ਵਿਧਾਨ ਸਭਾਵਾਂ ਹੁੰਦੀਆਂ ਨੇ। ਜਿਸ ਤੋਂ ਬਾਅਦ ਸਰਕਾਰ ਨੇ ਬਿਜਲੀ ਅਤੇ ਪਰਾਲੀ ਦੇ ਮੁੱਦੇ 'ਤੇ ਬਹਿਸ ਦੀ ਆਲ ਲਾਗਦਿਆਂ ਮੁੜ ਸੈਸ਼ਨ ਤਾਂ ਬੁਲਾ ਲਿਆ, ਪਰ ਸਰਕਾਰ ਵੱਲੋਂ ਸੈਸ਼ਨ 'ਚ ਆਪਣੀ ਪੁਰਾਣੀ ਅੜੀ ਪਗਾਉਂਦਿਆਂ 27 ਸਤੰਬਰ ਵਾਲੇ ਸੈਸ਼ਨ 'ਚ 22 ਸਤੰਬਰ ਵਾਲਾ ਏਜੰਡਾ ਯਾਨੀ ਕਿ ਸਦਨ 'ਚ ਆਪਣੀ ਬਹੁਮਤ ਨੂੰ ਪੇਸ਼ ਕੀਤਾ। ਇੱਕ ਮਾਮਲਾ ਵੀ ਰਾਜਪਾਲ ਬਣਾ ਮੁੱਖ ਮੰਤਰੀ ਮਾਨ ਬਣ ਕੇ ਕਾਫੀ ਚਰਚਾ 'ਚ ਰਿਹਾ। ਜਾਂਦੇ ਸਾਲ ਅਤੇ ਚੜ੍ਹਦੇ ਸਿਆਲ ਨੇ ਵੀ ਪੰਜਾਬ 'ਚ ਰਾਜਪਾਲ ਬਨਾਮ ਸੂਬਾ ਸਰਕਾਰ ਬਣਨ ਦੇ ਨਾਲ ਠੰਡ 'ਚ ਗਰਮੀ ਵਾਲਾ ਮਾਹੌਲ ਬਣਾ ਦਿੱਤਾ ਸੀ। ਮਾਮਲਾ ਚੰਡੀਗੜ੍ਹ 'ਚ ਪੰਜਾਬ ਕੇਡਰ ਦੇ ਨਿਯੁਕਤ SSP ਕੁਲਦੀਪ ਚਾਹਲ ਅਤੇ ਚੰਡੀਗੜ੍ਹ 'ਚ ਨਵੇਂ SSP ਦੀ ਨਿਯੁਕਤੀ ਨਾਲ ਜੁੜਿਆ ਸਾਹਮਣੇ ਆਉਂਦਾ ਹੈ। ਦਰਅਸਲ SSP ਕੁਲਦੀਪ ਚਾਹਲ ਦੇ ਮਾੜੇ ਵਿਵਹਾਰ ਦਾ ਮਾਮਲਾ ਦੱਸਦਿਆਂ ਉਹਨਾਂ ਨੂੰ ਹਟਾਉਣ ਦੇ ਹੁਕਮ ਸੁਣਾਏ ਜਾਂਦੇ ਨੇ। ਚੰਡੀਗੜ੍ਹ ਦੇ DGP ਪ੍ਰਵੀਰ ਰੰਜਨ ਅਤੇ ਰਾਜਪਾਲ ਦੇ ਸਲਾਹਕਾਰ ਧਰਮਪਾਲ ਨੇ ਮੁੱਖ ਸਕੱਤਰ ਜੰਜੂਆ ਨੂੰ ਪੈਨਲ ਜਲਦੀ ਭੇਜਣ ਲਿਖਿਆ, ਜਿਸ ਤੋਂ ਬਾਅਦ 12 ਦਸੰਬਰ ਨੂੰ ਚਾਹਲ ਨੂੰ ਤੁਰੰਤ ਪੰਜਾਬ ਵਾਪਸ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਜਾਂਦੇ ਨੇ। ਇਸ ਮਾਮਲੇ 'ਚ ਵਿਵਾਦ ਉਦੋਂ ਬਣਦਾ ਹੈ ਜਦੋਂ ਚੰਡੀਗੜ੍ਹ 'ਚ ਰਾਜਪਾਲ ਦੇ ਵੱਲੋਂ ਹਰਿਆਣਾ ਕੇਡਰ ਦੀ IPS ਅਧਿਕਾਰੀ ਮਨੀਸ਼ਾ ਚੌਧਰੀ ਨੂੰ SSP ਐਡਹੋਕ ਤੇ RG ਚਾਰਜ ਦੇ ਅਹੁਦੇ ਤੇ ਨਿਯੁਕਤ ਕੀਤਾ ਜਾਂਦਾ ਹੈ, ਜਿਸ ਤਹਿਤ 13 ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਪੱਤਰ ਲਿਖ ਕੇ ਨਿਯੁਕਤੀ ਦੇ ਸਵਾਲ ਉਠਾਏ ਸਨ, ਜਿਸ ਦੇ ਵਿੱਚ ਮਾਨ ਨੇ ਕਿਹਾ ਸੀ ਕਿ ਜੇਕਰ ਕੁਲਦੀਪ ਸਿੰਘ ਚਾਹਲ ਨੂੰ ਕਿਸੇ ਕਾਰਨ ਕਰਕੇ ਵਾਪਸ ਭੇਜਣਾ ਸੀ ਤਾਂ ਪੰਜਾਬ ਤੋਂ ਪਹਿਲਾਂ ਹੀ IPS ਅਧਿਕਾਰੀਆਂ ਦਾ ਪੈਨਲ ਬੁਲਾ ਲਿਆ ਜਾਣਾ ਚਾਹੀਦਾ ਸੀ। ਪਰ ਇਸ ਮਾਮਲੇ 'ਚ ਜਵਾਬ ਸਾਹਮਣੇ ਆਉਂਦਾ ਹੈ ਕਿ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਰਾਜਪਾਲ ਪੁਰੋਹਿਤ ਨੇ 28 ਨਵੰਬਰ ਨੂੰ ਯੋਗ IPS ਅਧਿਕਾਰੀਆਂ ਦਾ ਇੱਕ ਪੈਨਲ ਭੇਜਣ ਲਈ ਕਿਹਾ ਸੀ। ਇਸ ਮਾਮਲੇ 'ਚ ਚੰਡੀਗੜ੍ਹ 'ਚ ਪੰਜਾਬ ਦੇ ਹੱਕ ਖੋਹਣ ਨੂੰ ਲੈ ਕੇ ਵੀ ਕਈ ਵਿਵਾਦ ਸਾਹਮਣੇ ਆਉਂਦੇ ਰਹੇ ਨੇ। ਇਸ ਸਭ ਤੋਂ ਇਲਾਵਾ ਪੰਜਾਬ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਲੰਘੇ ਅਤੇ ਮੌਜੂਦਾ ਵਰ੍ਹੇ ਸਣੇ 3 ਤੋਂ 4 ਵਾਰ ਸਰਹੱਦੀ ਖੇਤਰਾਂ ਦਾ ਦੌਰਾ ਵੀ ਕੀਤਾ ਜਾ ਚੁੱਕਿਆ, ਜਿੱਥੇ ਰਾਜਪਾਲ ਪੁਰੋਹਿਤ ਵੱਲੋਂ ਸੂਬੇ ਦੀ ਸੁਰੱਖਿਆ ਅਤੇ ਸੂਬੇ 'ਚ ਨਸ਼ੇ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਕੀਤੇ ਗਏ ਸਨ। ਇੱਥੋਂ ਤੱਕ ਕਿ ਰਾਜਪਾਲ ਉਹਨਾਂ ਵੱਲੋਂ ਸਰਹੱਦੀ ਖੇਤਰੀ ਦੌਰੇ ਦੌਰਾਨ ਸੂਬੇ 'ਚ ਪਰਚੂਨ ਦੀਆਂ ਦੁਕਾਨਾਂ 'ਚੋਂ ਵੀ ਚਿੱਟਾ ਮਿਲਣ ਦੀ ਗੱਲ ਆਖੀ ਗਈ ਸੀ, ਜਿਸ ਨੂੰ ਲੈ ਕੇ ਵੀ ਸਰਹੱਦੀ ਖੇਤਰਾਂ 'ਚ ਰਾਜਪਾਲ ਦੇ ਦੌਰੇ ਦੌਰਾਨ ਦਿੱਤੇ ਬਿਆਨਾਂ ਨੂੰ ਲੈ ਕੇ ਵੀ ਮੁੱਖ ਮੰਤਰੀ ਮਾਨ ਅਤੇ ਰਾਜਪਾਲ ਪੁਰੋਹਿਤ ਆਮੋ ਸਾਹਮਣੇ ਹੁੰਦੇ ਨਜ਼ਰ ਆਉਂਦੇ ਨੇ। ਹਾਲ ਹੀ 'ਚ ਸਰਹੱਦੀ ਦੌਰੇ 'ਤੇ ਗਏ ਰਾਜਪਾਲ ਵੱਲੋਂ ਅੰਮ੍ਰਿਤਸਰ ਫੇਰੀ ਦੌਰਾਨ ਫਿਰ ਨਸ਼ਿਆਂ ਦੇ ਮੁੱਦੇ 'ਤੇ ਚਿੰਤਾ ਪ੍ਰਗਟਾਉਂਦਿਆਂ ਅਤੇ ਸਰਹੱਦੀ ਖੇਤਰਾਂ 'ਚ ਦੌਰੇ ਕਰਨ ਦੇ ਕਾਰਨ ਦੱਸਦਿਆਂ ਕੀ ਕੁਛ ਕਿਹਾ ਹੈ, ਆਓ ਸੁਣਦੇ ਹਾਂ। ਆਉਣ ਵਾਲੀ ਪੀੜ੍ਹੀ ਕਹੀਏ ਕਿਆ ਛੋੜ ਕੇ ਜਾ ਰਿਹਾ ਹੈ, ਕਿਆ ਕ੍ਰਿਪਲ ਜਨਰੇਸ਼ਨ ਛੋੜ ਕੇ ਜਾਏਂਗੇ, ਜੋ ਡਰੱਗਸ ਕੀ ਪੂਰੀ ਆਦੀ ਹੈ, ਅਪੰਗ ਵੀ ਕਈ ਲੋਕ ਮਰ ਰਹੇ ਹੈ, ਕਈ ਫੈਮਿਲੀਜ਼ ਅਫੈਕਟਿਡ ਹੈ। ਇਵਨ ਇਨਕੇ ਮੂੰਹ ਪੇ ਬੋਲਤਾ ਹੂੰ, ਇਨਕਾ ਪੁਲਿਸ ਡਿਪਾਰਟਮੈਂਟ ਵੀ ਅਫੈਕਟਿਡ ਹੈ, ਇਨਕੇ ਜੇਲੇ ਕੰਟਰੋਲ ਮੇ ਨਹੀਂ ਹੈ, ਬਹੁਤ ਸੁਧਾਰ ਕਰਨੇ ਕੀ ਜ਼ਰੂਰਤ ਹੈ। ਜੇਲ ਮੇ ਡਾਲ ਦੋ, ਵਹਾਂ ਸੇ ਵੋ ਪੂਰਾ ਮਾਫੀਆ ਲੋਕ ਕੰਟਰੋਲ ਕਰਤੇ ਹੈ, ਪੂਰਾ ਰੈਕੇਟ ਕਰਤੇ ਹੈ, ਸਾਰੀ ਜੇਲੋਂ ਕੋ ਸੁਧਾਰਨੇ ਕੀ ਜ਼ਰੂਰਤ ਹੈ। ਇਲੀਗਲ ਮੋਬਾਈਲ ਪਹੁੰਚਤੇ ਹੈ, ਮੇਰੇ ਖਿਆਲ 'ਚ ਹਜ਼ਾਰਾਂ ਮੋਬਾਈਲ ਤੋਂ ਜ਼ਬਤ ਕੀਆ, ਇਹਨੂੰ ਪਹੁੰਚਤੇ ਹੀ ਗਏ। ये छोटा मोटा स्मगलिंग ये मत समझिए, छोटी मोटी बात होती तो गवर्नर घर छोड़ के आता है, आपके बीच में मैं घूमते फिर रहा हूं, हर जिले में जा रहा हूं,
ये एक तरह से पाकिस्तान बदमाशी पूरी कर रहा है। पाकिस्तान हमारे से लड़ नहीं सकता, वार कर नहीं सकता, पर परोक्ष वार इस तरह से करके हमारी जनरेशन को बर्बाद करने का प्लानिंग के साथ में काम करने की, उसको उनके ये को डिफीट करना हमारा काम। मेरे विजिट का दो पर्पज, पहला सारी एजेंसियां उनमें कोऑर्डिनेशन बार बार करना, पंजाब पुलिस, सेंटर के सारी एजेंसी, बीएसएफ, आर्मी, पूरी ब्यूरोक्रेसी, सब मिलकर एक एफर्ट करके स्मगलिंग एट एनी कॉस्ट तुमको रोकना पड़ेगा, कम वक्त में उसके लिए जो भी करना हो करें। अभी मीटिंग होगी, मंथन होगा, रिपोर्ट जो भी यहाँ से होती है हम हमारी बातचीत हाईएस्ट लेवल तक पहुँचाएंगे, क्योंकि मैं भी मेरी जिम्मेदारी भी है। कैसे मेरे रहते हुए एटमॉस्फेयर स्पॉइल क्यों होना चाहिए? दूसरा, सबसे ज्यादा जिम्मेदारी जनता की, गांव में रह रहे लोगों की है। पुलिस को शायद मालूम नहीं हो, पर गांव में हर बंदा जानता है कि इस घर से गलत काम हो रहा है, इस घर से स्मगलिंग हो रहा है। हर गांव के बच्चे को, बच्चे तक को मालूम रहता है, पर वो बताते नहीं है। इसलिए पहले की मीटिंग में हमने इंस्ट्रक्शन दी थी कि नागरिक सुरक्षा समिति बॉर्डर के सब गांव में बने, दो तीन जिलों में बने हैं, करीब करीब सभी जगह बने हैं, या कुछ कम रही होगी तो बनना शुरू हो गया, बन गई होगी 99% कॉन्फिडेंट। सुरक्षा समिति बनाने का आइडिया ऐसा है, गांव को मालूम होने के बाद में इंडिविजुअल आदमी कंप्लेंट नहीं करता, परंतु यदि वहां के प्रमुख 10 लोगों की एक समिति बन जाए, प्रमुख लोगों की, तो नेचुरली पुलिस को रिपोर्ट कर सकते हैं, फिर हिम्मत रहती है ना समिति के मार्ग, तो समिति काम करे, लोगों को जागृत करे। इस नाल ही राजपाल पुरोहित वालों फाजिलका के सरहदी दौरे दौरान नशिया से गल करदिया कहा कि नशे पंजाब के स्कूलों तक पहुँच गए हैं, स्कूली बच्चे इस गर्क रहे हैं, चोरिया के राह वाल जा रहे हैं। इस नाल ही ड्रोन राही आउंदे नशे को लेकर भी राजपाल पुरोहित ने कहा कि जेकर उधरों नशा आता है तो साढ़े इधरों भी कोई बेईमान तो होगा। होर की कुछ बोले फाजिलका के नशिया को लेकर, आओ सुनते हैं। बॉर्डर काफ़ी रुक रही है, बीएसएफ पूरी ताकत से लगी, आर्मी भी पूरी ताकत से, कल मीटिंग हुई थी, मिलिट्री के ब्रिगेडियर थे वहाँ पर मीटिंग में भी, बीएसएफ के भी हाईएस्ट ऑफिसर थे, सारे के सारे लगे हुए हैं। परंतु ये कोऑर्डिनेशन है, ये बॉर्डर से आता है, ड्रोन आता है, ड्रोन ड्रॉप करता है, तो यहाँ मिले हुए लोग होंगे ना। पर केंद्र सरकार से भी कुछ ना कुछ लाने की जरूरत है, भी ड्रोन एक्टिविटी बंद हो, उनको कर रही है ना, उड़ा रही है ना, कितने खत्म हो रहे हैं ड्रोन, एंटी ड्रोन काफी कर रहे हैं, एंटी ड्रोन, परंतु एंटी ड्रोन का मूवमेंट काफी, एंटी ड्रोन का भी चल रहा है। मेरी भी बातचीत है, आई एम इन टच विद डीआरडीओ आल्सो, फाइनल रिसर्च में है, कुछ ना कुछ उसमें प्रयत्न होगा, परंतु जब तक फाइनल लेटेस्ट ड्रोन जो एकदम से एंटी ड्रोन का नहीं आता, तब तक हाथ पे हाथ रख के तो नहीं बैठ सकते ना, कि कुछ भी हो जाए तब तक आएगा, वेट तो नहीं कर सकते, तो इमीडिएट एक्शन इज नीडेड। इतना पकड़ जाने के बाद में भी ड्रग्स काफी, कल हमारी हाई लेवल मीटिंग हुई, बॉर्डर से थोड़ा कम हुआ है, परंतु इधर उधर चारों तरफ से कहीं से आ रहा है। मैं तो घूमता हूँ ना, स्कूल है, प्रिंसिपल्स वगैरह चिंता में,
स्कूलों में तो ऐसी परिस्थिति हो गई कि ड्रग्स में बच्चे हैं वो अपने घर में से चोरी करने लग गए, इतने एडिक्टेड हो गए, घर का सामान चोरी कर लेते हैं वही बच्चे। तो अपने नेक्स्ट जनरेशन को बचाना, ये मेरी चिंता सबसे ज्यादा चिंता है, बाकी कुछ नहीं। हुण गल करदे आं नवें वरे 2023 दी, जिथे एक बार सूबे च राजपाल बनाम मुख्यमंत्री पंजाब बनता नजर आ रहा है। मामला यह है कि बीते वरे च राजपाल बनाम पंजाब सरकार बनिया, मुद्दियां ते सरकार वालों ना दिते गए स्पष्टीकरण ते राजपाल वालों चिट्ठी लिख मुख्यमंत्री मान तो जवाब मंगे गए ने, जिन्हां च हाल ही च पंजाब सरकार वालों सिंगापुर भेजे गए 36 प्रिंसीपलां नूं लैके बनवारी लाल पुरोहित ने सिखलाई ली। सिंगापुर भेजे प्रिंसीपलां नूं लैके सरकार नूं पुछिया कि प्रिंसीपलां दी चोण दे लई किहड़े मापदंड अपनाए गए, कि अखबारां दे विच कोई इश्तिहार दिता गया सी। सिंगापुर तो सिखलाई लैके वापस परते प्रिंसीपलां दे लई सिंगापुर दौरे दौरान उन्हां दे आउण जाण, ठहरण अते खाण पीण ते किन्ना खर्चा आया सी, अते खर्चे दे सारे वेरवे उपलब्ध करवाउण लई भी आख्या गया। इस तों इलावा राजपाल पुरोहित दे वल्लों सुरक्षा मुद्दे ते चल रही गुप्त मीटिंग दे विच नवल अग्रवाल दी मौजूदगी क्यों, कुलदीप चाहल नूं तरक्की दे के जलंधर कमिश्नर किवें नियुक्त कीता गया, SSC स्कॉलरशिप ना मिलने कारण बहुते बच्चों ने पढ़ाई छड़ी सी, इस संबंधी सरकार वालों की कार्रवाई, गुजरात चोणां दौरान दिते गए इश्तिहारां दा पूरा ब्यौरा, पंजाब एग्रीकल्चर यूनिवर्सिटी च उप कुलपति की नियुक्ति संविधान के नियमों उल्ट किवें हुई। ये सारे सवाल पूछदिआं राजपाल ने कहा कि इन्हां च बहुते मुद्दे सूबा सरकार वालों या तो ठंडे बस्ते च पा दिते गए हैं या फिर बहुतिआं दे जवाब ही नहीं दिते गए। राजपाल ने कहा कि देश अते सूबे की सुरक्षा तो लैके होर भी कई मुद्दे ने, पर सिर्फ कुछ नुकते ही उजागर किए गए हैं। उन्होंने कहा कि मैं संविधान की राखी लिए वचनबद्ध हाँ, जेकर मुख्यमंत्री ने 15 दिनों के अंदर उन्होंने सवालों का जवाब ना दिता तो वह अगली बार कानूनी कार्रवाई कर कानूनी सलाह लैण लई पाबंद होणगे। जिथे एक पासे पत्र जारी कर राजपाल पुरोहित वालों मुख्यमंत्री मान तो सवालों के जवाब मंगदिआं तलखी नाल कानूनी कार्रवाई की गल आखी गई, उत्थे ही मुख्यमंत्री मान दे वालों भी सीधे शब्दों च कहीए तां पेंडू मत च जवाब देंदिआं कहा कि माणयोग राजपाल साहब तुहाडी चिट्ठी मीडिया जरिए मिली, जिन्हें भी चिट्ठी विच विषय लिखे गए ने वो सारे स्टेट के विषय हैं, मैं अते मेरी सरकार संविधान अनुसार 3 करोड़ पंजाबियों नूं जवाब दी है, ना कि केंद्र सरकार द्वारा नियुक्त किए किसी राजपाल नूं, इसे नूं मेरा जवाब समझो। ट्वीट के नाल नाल एक समागम दौरान राजपाल वालों पत्र च लिखी कानूनी कार्रवाई के वालों राजपाल नूं जवाब देंदिआं की कहा गया है भगवंत मान उन्होंने वालों, आओ सुनते हैं। पंजाब नूं जिहड़े जिन्हां ने चुनिया है ओही फैसले करन, इलैक्टड करन, ना कि सिलैक्टड कोई बिच अपनी टांग अड़ाउण कि आ क्यों हो गया आ ना हो गया। लोकतंत्र च इलैक्टड लोग जिहड़े ने ओह वड्डे ने, सिलैक्टड तां कोई भी हो सकदा है, ठीक है ना। सो उन्हां नाल भी कोई नहीं सुधार लाँगे, आ जाणगे ली ते, क्योंकि कई बार इधरों उधरों कोई कह दिंदा ऐ लिख दो ऐ लिख दो, वो चंगा नहीं लगता। कानून फिर सानू भी पता फिर ऐ फिर सो कानून तो फिर सारे वास्ते एक ही है। सो जिहड़े कानून राही वो रोकते हैं उस कानून राही उन्होंने असीं जवाब भी दे देंगे। जिथे एक पासे मुख्यमंत्री मान वालों राजपाल की चिट्ठी का जवाब दिता गया, उत्थे ही आम आदमी पार्टी के मुख बुलारे मालविंदर सिंह कांगोणा वालों राजपाल वालों लिखे पत्र का जवाब देंदिया की कुछ क्या गया है, आओ सुनते हैं। पंजाब के माननीय गवर्नर साहब जिस तरीके नाल रोजाना तौर पर चुनी हुई सरकार के कामकाज दखलअंदाजी कर रहे हैं, ਇਹ ਸੰਵਿਧਾਨਿਕ ਤੌਰ ਤੇ ਔਰ ਡੈਮੋਕਰੈਟਿਕ ਤੌਰ ਤੇ ਵੀ ਕੋਈ ਹੈਲਦੀ ਸਾਈਨ ਨਹੀਂ ਹੈ। ਪੰਜਾਬ ਦੇ ਟੀਚਰਸ ਨੂੰ, ਪ੍ਰਿੰਸੀਪਲ ਸਾਹਿਬਾਨਾਂ ਨੂੰ ਅਗਰ ਦੁਨੀਆ ਦੇ ਮੰਨੇ ਪਰਮੰਨੇ ਜਿਹੜਾ ਵਰਲਡ ਕਲਾਸ ਐਜੂਕੇਸ਼ਨ ਮਾਡਲ ਹੈ ਸਿੰਗਾਪੁਰ ਦਾ, ਜੇ ਉੱਥੇ ਟ੍ਰੇਨਿੰਗ ਵਾਸਤੇ ਭੇਜਿਆ ਤਾਂ ਇਹ 'ਚ ਕੀ ਗੁਨਾਹ ਕਰਦਾ? ਸਾਨੂੰ ਲੱਗਦਾ ਹੈ ਕਿ ਗਵਰਨਰ ਆਫਿਸ ਦਾ ਜਿਸ ਤਰੀਕੇ ਨਾਲ ਭਾਜਪਾ ਮਿਸਯੂਜ਼ ਕਰਦੀ ਰਹੀ ਹੈ, ਔਰ ਆਪਾਂ ਦੇਖਿਆ ਦਿੱਲੀ 'ਚ ਵੀ ਲਗਾਤਾਰ ਲੈਫਟੀਨੈਂਟ ਗਵਰਨਰ ਆਫਿਸ ਦਾ ਮਿਸਯੂਜ਼ ਹੋਇਆ। दिल्ली के बच्चे जदों की आम आदमी पार्टी की अरविंद केजरीवाल जी की सरकार आई है, आम घर के गरीबों के बच्चे, रिक्शे वाले दे, सब्जी वाले दे, दिहाड़ीदार दे बच्चे IIT और IIM च जा रहे हैं। भाजपा कदी नहीं चाहती देश के दे बच्चे अगे वधन, हुण यही साजिश भाजपा जी गवर्नर ऑफिस के राही पंजाब के खिलाफ रच रही है। और असी गवर्नर साहब नूं बेनती करते हैं कि जेड़ा भी कोई अक्यूज्ड है विदाउट कोर्ट के ट्रायल अदालतों तो बिना तुसी उन्हूं कन्विक्ट किस तरह मान सकते हो? कि तुहाडा लीगल प्रोसैस से मानयोग अदालतों से भरोसा नहीं है? तो तुसी कौन होने किसी भी अक्यूज्ड नूं दोषी मनण वाले? और पंजाब सरकार लगातार पंजाब के बच्चों के भविख नूं लैके, पंजाब के जवानी के भविख नूं लैके
ਨਵੇਂ ਨਵੇਂ ਇਨੀਸ਼ੀਏਟਿਵ ਮਾਨ ਸਾਹਿਬ ਦੀ ਅਗਵਾਈ 'ਚ ਲੈ ਰਹੀ ਆ। ਰਾਜਪਾਲ ਵੱਲੋਂ ਦਿਖਾਈ ਗਈ ਤਲਖੀ ਅਤੇ ਮੁੱਖ ਮੰਤਰੀ ਮਾਨ ਵੱਲੋਂ ਤਲਖੀ ਨਾਲ ਦਿੱਤੇ ਗਏ ਸਿੱਧੇ ਜਵਾਬ ਨੇ ਹੁਣ ਇੱਕ ਵਾਰ ਫਿਰ ਸੂਬੇ 'ਚ ਰਾਜਪਾਲ ਬਨਾਮ ਮੁੱਖ ਮੰਤਰੀ ਇੱਕ ਤਲਖੀ ਵਾਲੇ ਰੂਪ 'ਚ ਪੇਸ਼ ਕਰ ਦਿੱਤਾ ਹੈ। ਹੁਣ ਦੇਖਣ ਵਾਲੀ ਗੱਲ ਇਹ ਆ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ, ਸਰਹੱਦੀ ਸੂਬੇ ਹੋਣ ਦੇ ਨਾਤੇ ਸੂਬੇ ਦੀ ਸੁਰੱਖਿਆ ਨੂੰ ਲੈ ਕੇ ਸੂਬਾ ਅਤੇ ਕੇਂਦਰ ਸਰਕਾਰ ਵੱਲੋਂ ਅਕਸਰ ਗਹਿਰੀ ਚਿੰਤਾ ਪ੍ਰਗਟਾਈ ਜਾਂਦੀ ਹੈ। ਇੱਕ ਪਾਸੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਖਤਰਾ ਹੋਣ ਦੀਆਂ ਗੱਲਾਂ, ਨਿੱਤ ਤਾਰੋਂ ਪਾਰ ਤੋਂ ਡਰੋਨ ਦੀ ਐਂਟਰੀ ਜਿੱਥੇ ਵੱਡੇ ਸਵਾਲ ਅਤੇ ਚਿੰਤਾ ਦਾ ਵਿਸ਼ਾ ਬਣਦੀ ਹੈ, ਉੱਥੇ ਹੀ ਸੂਬੇ ਨੂੰ ਚਲਾਉਣ ਅਤੇ ਇਹਨਾਂ ਸਾਰੀਆਂ ਚਿੰਤਾਵਾਂ ਨੂੰ ਖਤਮ ਕਰਨ ਵਾਲੇ ਸੂਬੇ ਦੇ ਮੁੱਖ ਮੰਤਰੀ ਅਤੇ ਸੂਬੇ ਦੇ ਰਾਜਪਾਲ ਵਿਚਕਾਰ ਚੱਲ ਰਹੀਆਂ ਤਕਰਾਰਾਂ ਵੀ ਵਾਧੂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਦੇਖਣਾ ਹੁਣ ਇਹ ਹੋਵੇਗਾ ਕਿ ਸੂਬੇ ਦੇ ਦੋਵੇਂ ਸੰਚਾਲਕ ਕੀ ਆਪਸੀ ਤਕਰਾਰਾਂ ਨੂੰ ਛੱਡ ਕੇ ਸੂਬੇ ਵੱਲ ਅਤੇ ਸਰਹੱਦੀ ਖੇਤਰ ਵੱਲ ਕੋਈ ਧਿਆਨ ਦੇਣਗੇ, ਜਾਂ ਫਿਰ ਦੋਵਾਂ ਵੱਲੋਂ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਰੇੜ ਕੇ ਅੱਗੇ ਵੀ ਜਾਰੀ ਰਹਿਣਗੇ। ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਫਿਲਹਾਲ ਇਹ ਨਹੀਂ। ਮੈਨੂੰ ਯਾਨੀ ਪੱਟੀ ਬਹੁਮਾਚਰਾਂ ਤੋਂ ਇਜਾਜ਼ਤ। ਸਤਿ ਸ਼੍ਰੀ ਅਕਾਲ।